ਪੜਿਆ ਸੁਣਿਆ ਦੇਖਿਆ ਸਾਨੂੰ ਯਾਦ ਨਹੀਂ ਰਹਿੰਦਾ ਸਾਡੀ ਯਾਦਦਾਸ਼ਤੀ ਕਮਜ਼ੋਰ ਹੋ ਗਈ ਆ ਹੰਜਾਜ ਆਪਣੇ ਕੋਲ ਜਸਕੋਰ ਔਜਦਾ ਜੀ ਦਾ ਕਮੈਂਟ ਪਹੁੰਚਾਇਆ ਜੋ ਕਿ ਆਪਾਂ ਨੂੰ ਦੱਸ ਦਿਆ ਕਿ ਵੀਰ ਜੀ ਮੇਰੇ ਬੱਚੇ ਨੂੰ ਪੜਿਆ ਸੁਣਿਆ ਦੇਖਿਆ ਯਾਦ ਨਹੀਂ ਰਹਿੰਦਾ ਇਹਦੇ ਵਾਸਤੇ ਕੋਈ ਤਰੀਕਾ ਦੱਸੋ ਦੋਸਤੋ ਜੋ ਮੈਂ ਤੁਹਾਨੂੰ ਇਹ ਤਰੀਕਾ ਦੱਸਣ ਲੱਗਾ ਆ ਇਹ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਇਸਤੇਮਾਲ ਕਰ ਸਕਦਾ ਹੈ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਸਭ ਤੋਂ ਪਹਿਲਾਂ ਤਾਂ ਭੋਂਕੇ ਬਾਦਾਮ ਖਾਣੇ ਆ ਜਿਵੇਂ ਕਿ ਹੁਣ ਸਰਦੀਆਂ ਦੇ ਦਿਨ ਅੱਗੇ ਹੋਣਗੇ ਆਪਾਂ ਆਰਾਮ ਦੇ ਨਾਲ ਇੱਕ ਦਿਨ ਦੇ ਵਿੱਚ 2 ਪੀਸ ਤੋਂ ਲੈ ਕੇ 5 ਪੀਸ ਆਰਾਮ ਨਾਲ ਖਾ ਸਕਦੇ ਆ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਆਪਾਂ ਆਪਣੇ ਬੱਚਿਆਂ ਨੂੰ ਬਾਦਾਮ ਭੋਂਕੇ ਖਿਵੋਣੇ ਆ ਸਿਰਫ 2 ਜਾਂ 3 ਪੀਸ ਇਹਦੇ ਨਾਲ ਨਾਲ ਆਪਾਂ ਇੱਕ ਖਰੂਟ ਵੀ ਇੱਕ ਦਿਨ ਦਾ ਖਲਾਉਣਾ ਆ ਅੱਧਾ ਖਰੂਟ ਸਵੇਰ ਨੂੰ ਅੱਧਾ ਸ਼ਾਮ ਨੂੰ ਤੀਸਰਾ ਤੇ ਲਾਸਟ ਇੰਪੋਰਟੈਂਟ ਟਿਪਸ ਆਪਣੇ ਬੱਚਿਆਂ ਨੂੰ ਗਿਆਨ ਮੰਦਰਾ ਦੇ ਵਿੱਚ 5 ਮਿੰਟ ਜ਼ਰੂਰ ਬਿਠਾਓ ਜੇ ਤੁਸੀਂ ਇਸ ਤਰੀਕੇ ਆਪਣੇ ਬੱਚਿਆਂ ਨੂੰ 5 ਮਿੰਟ ਬਿਠਾਓਗੇ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਵਿਧੀ ਆ ਇਹਦੇ ਨਾਲ ਸਾਡੇ ਦਿਮਾਗ ਦੀਆਂ ਨਾੜਾਂ ਤਾਕਤਵਰ ਹੁੰਦੀਆਂ ਸਿਰਦਾ ਦਰਦ ਅਨਿੰਦਰਾ ਅਤੇ ਤਣਾਅ ਦੂਰ ਹੁੰਦਾ ਆ ਕ੍ਰੋਧ ਖਤਮ ਹੁੰਦਾ ਆ ਇਸ ਮੰਦਰਾ ਨੂੰ 5 ਮਿੰਟ ਕਰਨ ਦੇ ਨਾਲ ਸਾਡੀ ਇਕਾਗਰਤਾ ਵਧਦੀ ਹੈ ਤੇ ਘਟਿਆ ਵਿਚਾਰ ਸਾਡੇ ਮਨ ਦੇ ਵਿੱਚੋਂ ਦੂਰ ਹੁੰਦੇ ਨੇ